ਬਹੁਤ ਹੀ ਸਤਿਕਾਰਯੋਗ ਗੁਰੂ ਰੂਪ ਗੁਰੂ ਸਾਰੇ ਖਾਲਸਾ ਜੀਓ ਆਓ ਸਭ ਤੋਂ ਪਹਿਲਾਂ ਗੁਰਦੇਵ ਪਾਤਸ਼ਾਹ ਦੀ ਬਖਸ਼ਿਸ਼ ਪਿੱਤਰ ਪਤੇ ਬਲੰਦ ਕਰੀਏ ਪਿਆਰ ਸਹਿਤ ਆਖਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਪਿਛਲੇ ਵਿਖਿਆਨ ਦੇ ਵਿੱਚ ਤੁਹਾਡੇ ਨਾਲ ਲੈਫਟਨੈਂਟ ਜਰਨਲ ਪ੍ਰਬਖ ਸਿੰਘ ਹੁਣਾਂ ਦੇ ਬਾਰੇ ਕੁਝ ਜਾਣਕਾਰੀਆਂ ਸਾਂਝੀਆਂ ਕੀਤੀਆਂ ਸੀ ਕਿ ਜੇਕਰ ਇਹ ਸਿੱਖ ਜਰਨਲ ਉਸ ਸਮੇਂ ਦਲੇਰੀ ਤੇ ਨਾਲ ਦ੍ਰਿੜਤਾ ਦੇ ਨਾਲ ਜ਼ਰੂਰਤ ਦੇ ਨਾਲ ਆਪਣੀ ਜ਼ਮੀਰ ਦੀ ਆਵਾਜ਼ ਦੇ ਅਨੁਸਾਰ ਫੈਸਲਾ ਨਾ ਲੈਂਦਾ ਤੇ ਸ਼ਾਇਦ ਅੱਜ ਭਾਰਤ ਦਾ ਭੂਗੋਲਕ ਨਕਸ਼ਾ ਕੁਝ ਹੋਰ ਹੁੰਦਾ। ਹੁਣ ਅਗਲੀ ਗੱਲ ਬਹੁਤ ਹੀ ਅਹਿਮ ਹੈ ਕਿਉਂਕਿ 1984 ਦੇ ਵਿੱਚ ਜਦੋਂ ਭਾਰਤੀ ਹਕੂਮਤ ਦੇ ਵੱਲੋਂ ਸ਼੍ਰੀ ਦਰਬਾਰ ਸਾਹਿਬ ਦੇ ਉੱਪਰ ਹਮਲਾ ਕੀਤਾ ਜਾਂਦਾ ਤਾਂ ਉਸ ਵੇਲੇ ਰਾਮਗੜ੍ਹ ਦੇ ਵਿੱਚ ਪੂਨੇ ਦੇ ਵਿੱਚ ਗੰਗਾ ਨਗਰ ਦੇ ਵਿੱਚ ਜਾਂ ਕੁਝ ਹੋਰ ਥਾਵਾਂ ਦੇ ਉੱਪਰ ਜਿਹੜੇ ਸਿੱਖ ਫੌਜੀ ਨੇ ਉਹ ਬਗਾਵਤ ਕਰਦੇ ਨੇ। ਕੁਝ ਥਾਵਾਂ ਦੇ ਉੱਪਰ ਗੋਲੀ ਚਲਾ ਕੇ ਉਹਨਾਂ ਨੂੰ ਸ਼ਹੀਦ ਵੀ ਕਰ ਦਿੱਤਾ ਜਾਂਦਾ ਹੈ। ਕੁਝ ਜਿਹੜੇ ਨੇ ਬਾਅਦ ਦੇ ਵਿੱਚ ਤਕਰੀਬਨ ਫੌਜ ਚੋਂ ਕੱਢ ਵੀ ਦਿੱਤੇ ਜਾਂਦੇ ਨੇ। ਜਦੋਂ ਉਹਨਾਂ ਦਾ ਕੋਰਟ ਮਾਰਸ਼ਲ ਹੁੰਦਾ ਹੈ ਤੇ ਜੱਬਲਪੁਰ ਇਹੀ ਜਨਰਲ ਹਰਬਖਸ਼ ਸਿੰਘ ਜਿਹੜੇ ਨੇ ਉਹ ਖੁਦ ਕਹਿੰਦੇ ਨੇ ਕਿ ਮੈਂ ਇਨ੍ਹਾਂ ਬਗਾਵਤ ਕਰਨ ਵਾਲੇ ਫੌਜੀਆ ਦੇ ਕੇਸ ਦੇ ਵਿੱਚ ਸ਼ਾਮਲ ਹੋਣਾ ਚਾਹੁੰਦਾ। ਇਹਨਾਂ ਨੂੰ ਜਵਾਬ ਦਿੱਤਾ ਜਾਂਦਾ ਹੈ ਕਿ ਤੁਸੀਂ ਇਸ ਸਾਰੇ ਵਾਕਿਆਤ ਦੇ ਪ੍ਰਤੱਖ ਦਰਸ਼ੀ ਗਵਾਹ ਨਹੀਂ ਹੋ। ਇਸ ਕਰਕੇ ਤੁਸੀਂ ਇਸ ਕੋਰਟ ਮਾਰਸ਼ਲ ਦੀ ਪ੍ਰਕਿਰਿਆ ਦੇ ਵਿੱਚ ਕਿਵੇਂ ਆ ਸਕਦੇ ਹੋ ਫਿਰ ਇਹਨਾਂ ਦੇ ਵੱਲੋਂ ਇਹ ਜਵਾਬ ਦਿੱਤਾ ਜਾਂਦਾ ਹੈ ਕਿ ਫੌਜੀ ਕਾਨੂੰਨਾਂ ਦੇ ਮੁਤਾਬਕ ਜਿਸ ਰੈਜੀਮੈਂਟ ਨੇ ਬਗਾਵਤ ਕੀਤੀ ਹੈ ਕੋਈ ਉਹਦਾ ਮਾਹਰ ਤੇ ਖਾਸ ਕਰਕੇ ਉਹਦੀ ਮਾਨਸਿਕਤਾ ਨੂੰ ਸਮਝਣ ਵਾਲਾ ਜਿਹੜਾ ਜਰਨੈਲ ਹੈ ਉਹ ਇਹਦੇ ਵਿੱਚ ਹਿੱਸਾ ਲੈ ਸਕਦਾ ਹੈ ਤੇ ਮੈਂ ਸਭ ਤੋਂ ਵੱਧ ਸਮਾਂ 20 ਸਾਲ ਜਿਹੜਾ ਬਾ ਸਿੱਖ ਰੈਜੀਮੈਂਟ ਦਾ ਜਰਨੈਲ ਰਿਹਾ ਸੋ ਇਸ ਕਰਕੇ ਮੈਂ ਸਿੱਖ ਰੈਜੀਮੈਂਟ ਦਾ ਮਾਨਸਿਕ ਪੱਖ ਜਿਹੜਾ ਉਹ ਇਹਦੇ ਵਿੱਚ ਪੇਸ਼ ਕਰਨਾ ਚਾਹੁੰਦਾ ਹਾਂ ਸੋ ਉਹਨਾਂ ਨੇ ਉੱਥੇ ਜੱਬਲਪੁਰ ਜਾ ਕੇ ਫੌਜੀ ਅਦਾਲਤ ਦੇ ਵਿੱਚ ਜਿਹੜਾ ਪੱਖ ਸੀ ਸਿੱਖਾਂ ਦਾ ਉਹ ਵੀ ਪੇਸ਼ ਕੀਤਾ ਬਖੂਬੀ ਤਰੀਕੇ ਦੇ ਨਾਲ ਰੱਖਿਆ ਪਰ ਮੈਂ ਥੋੜਾ ਪਿੱਛੇ ਲੈ ਕੇ ਜਾਣਾ ਚਾਹੂੰਗਾ ਕਿਉਂਕਿ ਉਹਨਾਂ ਨੇ ਕੋਰਟ ਮਾਰਸ਼ਲ ਦੇ ਬਾਅਦ ਦੇ ਵਿੱਚ ਆਪਣੀ ਇੱਕ ਇੰਟਰਵਿਊ ਦੇ ਵਿੱਚ ਕਿਹੜੀਆਂ ਗੱਲਾਂ ਕਹੀਆਂ ਤੇ ਉਹਨਾਂ ਨੂੰ ਕਿਸ ਤਰ੍ਹਾਂ ਦਾ ਸੰਤਾਪ ਸਹਿਣਾ ਪਿਆ ਇਸ ਦਾ ਜ਼ਿਕਰ ਕਰਨਾ ਬਹੁਤ ਜ਼ਰੂਰੀ ਹੈ ਜਿਸ ਵੇਲੇ 1965 ਦੀ جنگ ਦੀ ਜਿੱਤ ਦਾ ਸੇਰਾ ਤਕਰੀਬਨ ਉਹਨਾਂ ਦੇ ਸਿਰ ਵੱਜ ਗਿਆ ਕਿਉਂਕਿ ਭਾਰਤੀ ਫੌਜ ਦੇ ਮੁਖੀ ਵੱਲੋਂ ਤਾਂ ਇਹ ਫੈਸਲਾ ਲਿਆ ਜਾ ਚੁੱਕਾ ਸੀ ਕਿ ਸਰਹੱਦ ਨੂੰ ਛੱਡ ਕੇ ਸੈਕੰਡ ਡਿਫੈਂਸ ਲਾਈਨ ਬਿਆਸ ਦੇ ਉੱਪਰ ਆ ਕੇ ਮੋਰਚਾ ਬੰਦੀ ਕੀਤੀ ਜਾਵੇ ਪਰ ਜਦੋਂ ਜਨਰਲ ਹਰਬਖਸ਼ਿੰਗ ਨੇ ਆਪਣੀ ਮਰਜ਼ੀ ਦੇ ਨਾਲ ਇਹ ਫੈਸਲਾ ਲਿਆ ਕਿ ਮੈਂ ਸਰਹੱਦ ਨੂੰ ਨਹੀਂ ਛੱਡੂਗਾ ਕਿਉਂਕਿ ਮੈਂ ਆਪਣੇ ਪਾਵਨ ਗੁਰਦੁਆਮ ਵਖਰੇ ਨਹੀਂ ਕਰਨ ਦੇਣਾ ਚਾਹੁੰਦਾ ਤਾਂ ਉਸ ਵੇਲੇ ਉਸ ਬਹਾਦਰੀ ਔਰ ਦ੍ਰਿੜਤਾ ਦਿਖਾਉਣ ਦੇ ਕਰਕੇ ਜਿਸ ਕਰਕੇ ਉਹਨਾਂ ਨੇ ਆਪ ਬਾਰਡਰ ਦੇ ਉੱਪਰ ਰਹਿ ਕੇ ਸਰਹੱਦ ਦੇ ਉੱਪਰ ਰਹਿ ਕੇ ਜਿਹੜੀ ਲੜਾਈ ਲੜੀ ਤੇ ਜਿਸ ਬਹਾਦਰੀ ਦੇ ਨਾਲ ਉਹਨਾਂ ਨੇ ਆਪਣੇ ਸਾਥੀਆਂ ਨੂੰ ਲੜਾਇਆ ਜਿਸ ਜੁਧਨੀਤੀ ਦੇ ਨਾਲ ਇਸ ਜੰਗ ਨੂੰ ਜਿੱਤਿਆ ਉਸ ਤੋਂ ਬਾਅਦ ਤਕਰੀਬਨ ਸਾਰੇ ਭਾਰਤ ਦੇ ਜ਼ੁਬਾਨ ਦੇ ਉੱਪਰ ਉਹਨਾਂ ਦਾ ਨਾਮ ਸੀ ਕਿ ਲੈਫਟਨੈਂਟ ਜਨਰਲ ਫਰਬਖ ਸਿੰਘ ਬਹੁਤ ਥਾਵਾਂ ਤੇ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਹੁਣ ਤੱਕ 1947 ਤੋਂ ਬਾਅਦ ਜਿੰਨੇ ਕੇ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਨੇ ਜੇ ਸਭ ਤੋਂ ਵੱਧ ਇਮਾਨਦਾਰ ਤੇ ਚੰਗਾ ਵਿਅਕਤੀ ਕਿਸੇ ਨੂੰ ਗਿਣਿਆ ਜਾਂਦਾ ਹੈ ਉਹ ਲਾਲ ਬਹਾਦਰ ਸ਼ਾਸਤਰੀ ਹੈ ਤੇ ਗੁਰਦੁਆਰਾ ਬੰਗਲਾ ਸਾਹਿਬ ਦਿੱਲੀ ਵਿਖੇ ਲਾਲ ਬਹਾਦਰ ਸ਼ਾਸਤਰੀ ਤੇ ਲੈਫਟਨੈਂਟ ਜਨਰਲ ਫਰਬਖ ਸਿੰਘ ਦਾ ਕੱਠਿਆਂ ਦਾ ਜਿਹੜਾ ਸੀਗਾ ਸਨਮਾਨ ਕੀਤਾ ਗਿਆ ਤੇ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਸ੍ਰੀ ਸਾਹਿਬ ਦਿੱਤੀ ਗਈ ਤਾਂ ਉਹ ਸ੍ਰੀ ਸਾਹਿਬ ਉਹਨਾਂ ਨੇ ਇਸ ਜਰਨਲ ਨੂੰ ਫੜਾ ਕੇ ਕਿਹਾ ਕਿ ਇਹ ਤੁਹਾਡੇ ਕੰਮ ਹੀ ਆਵੇਗੀ ਸੋ ਉਸ ਤੋਂ ਬਾਅਦ ਇਹਨਾਂ ਨੂੰ ਉਸ ਵੇਲੇ ਜਿਹੜਾ ਦੇਸ਼ ਦਾ ਕਹਿ ਸਕਦੇ ਹੋ ਕਿ ਕੈਬਨਟ ਦੇ ਮੰਤਰੀ ਵੀ ਸਨ ਤੇ ਉਹਨਾਂ ਨੇ ਜਿਨ੍ਹਾਂ ਦਾ ਨਾਮ ਸੀ ਉਸ ਵੇਲੇ ਰੱਖਿਆ ਮੰਤਰੀ ਵਾਈ ਬੀ ਚਵਾਨ वाई 비 चव्हाण ਨੇ ਬਕਾਇਦਾ ਤੌਰ ਤੇ ਇਹਨਾਂ ਨੂੰ ਇੱਕ ਨਿੱਜੀ ਮੀਟਿੰਗ ਦੇ ਵਿੱਚ ਬੁਲਾ ਕੇ ਕਿਹਾ ਕਿ ਸਰਕਾਰ ਦੇ ਵੱਲੋਂ ਫੈਸਲਾ ਕੀਤਾ ਜਾ ਰਿਹਾ ਹੈ ਕਿ ਇੱਕ ਤਾਂ ਤੁਹਾਨੂੰ ਬਹੁਤ ਵਿਸ਼ੇਸ਼ ਸਨਮਾਨ ਦੇ ਨਾਲ ਸਨਮਾਨਿਤ ਕੀਤਾ ਜਾਵੇਗਾ ਔਰ ਦੂਸਰਾ ਤੁਹਾਨੂੰ ਭਾਰਤੀ ਫੌਜ ਦਾ ਮੁਖੀ ਬਣਾਇਆ ਜਾਵੇਗਾ ਸੋ ਥੋੜਾ ਹੀ ਵਕਤ ਬੀਤਿਆ ਕਿ ਲਾਲ ਬਹਾਦਰ ਸ਼ਾਹਤਰੀ ਜਿਹੜੇ ਰੂਸ ਦੇ ਉੱਪਰ ਦੌਰੇ ਤੇ ਉੱਪਰ ਗਏ ਹੋਏ ਸੀ ਤਾਸ਼ਕਰਨ ਦੇ ਵਿੱਚ ਉਹਨਾਂ ਦੀ ਮੌਤ ਹੋ ਗਈ ਜਿਹਦੇ ਬਾਰੇ ਅਜੇ ਤੱਕ ਵੀ ਜੜੀਆਂ ਸਾਜ਼ਿਸ਼ਾਂ ਜਾਂ ਉਹਦੇ ਪਿੱਛੇ ਵਾਪਰੀਆਂ ਖਬਰਾਂ ਤੇ ਅਫਵਾਹਾਂ ਦਾ ਬਹੁਤ ਸਾਰਾ ਬਾਜ਼ਾਰ ਅਜੇ ਤੱਕ ਵੀ ਗਰਮ ਹੈ ਬਹੁਤ ਸਾਰੇ ਲੋਕਾਂ ਨੂੰ ਕਈ ਤਰ੍ਹਾਂ ਦੇ ਸ਼ੰਕੇ ਨੇ ਉਹਨਾਂ ਦੀ ਮੌਤ ਦੇ ਉੱਪਰ ਪਰ ਉਹਨਾਂ ਤੋਂ ਬਾਅਦ ਜਦੋਂ ਉਹਨਾਂ ਦੀ ਮੌਤ ਤੋਂ ਬਾਅਦ ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਬਣ ਗਈ ਤਾਂ ਉਸ ਨੇ ਜਨਰਲ ਹਰਬਖਸ਼ ਸਿੰਘ ਨੂੰ ਬਾਅਦ ਦੇ ਵਿੱਚ ਫੌਜ ਦਾ ਮੁਖੀ ਨਹੀਂ ਬਣਾਇਆ ਉਸਨੇ ਫੌਜਦਾ ਮੁਖੀ ਮਾਨਿਕ ਸ਼ਾਹ ਨੂੰ ਬਣਾ ਦਿੰਦਾ ਉਹੀ ਮਾਨਿਕ ਸ਼ਾਹ ਜਿਸ ਦੇ ਬਾਰੇ ਜੇਕਰ ਤੁਸੀਂ ਇੰਟਰਨੈਟ ਦੇ ਉੱਪਰ ਵੀ ਸਰਚ ਕਰੋਗੇ ਤਾਂ ਬਹੁਤ ਸਾਰੀਆਂ ਖ਼ਬਰਾਂ ਦੇ ਵਿੱਚ ਵੀ ਇਹ ਗੱਲ ਆਈ ਸੀ ਕਿ ਜਦੋਂ ਇੰਦਰਾ ਗਾਂਧੀ ਨੇ ਇੱਕ ਵਾਰੀ ਮੈਂ ਗੱਲ ਕਰਨ ਲੱਗੇ ਕਿ ਉਹ ਸਬੰਧ ਜਿਹੜੇ ਸੀ ਉਹਨਾਂ ਦੇ ਬਾਰੇ ਇਸ ਗੱਲ ਦੇ ਉੱਪਰੋਂ ਬਹੁਤ ਵੱਡੀ ਇੱਕ ਚਰਚਾ ਛੜੀ ਸੀ ਕਿ ਇੰਦਰਾ ਗਾਂਧੀ ਨੇ ਮਾਨਿਕ ਸ਼ਾਹ ਨੂੰ ਪੁੱਛਿਆ ਕਿਉਂਕਿ ਉਦੋਂ 71 ਦੀ ਗੱਲ ਹੈ ਕਿ ਪਾਕਿਸਤਾਨ ਦੇ ਨਾਲ ਮਾਹੌਲ ਇੰਨਾ ਵਧੀਆ ਨਹੀਂ ਸੀ ਤੇ ਉਹਨੇ ਕਿਹਾ ਆਰ ਯੂ ਰੈਡੀ ਫਾਰ ਦਾ ਵਾਰਥ ਤੇ ਉਹਨੇ ਕੋ ਜਵਾਬ ਕਿਆ ਸੀ সুইਟੀ ਆਈ ਐਮ ਆਲਵੇਚ ਰੈਡੀ ਸੋ ਉਹਨੂੰ ਦੇਸ਼ ਦੀ ਪ੍ਰਧਾਨ ਮੰਤਰੀ ਨੂੰ সুইਟੀ ਕਹਿਣ ਦੇ ਉੱਪਰ ਬਹੁਤ ਅਖਬਾਰਾਂ ਦੇ ਵਿੱਚ ਅੱਜ ਵੀ ਤੁਸੀਂ ਪੁਰਾਣੀਆਂ ਅਖਬਾਰਾਂ ਜਾਂ ਇਸ ਖਬਰ ਨੂੰ ਸਰਚ ਕਰੋਗੇ ਨਾ ਕਿ ਫੌਜ ਦੇ ਮੁਖੀ ਮਾਲਿਕ ਸ਼ਾਹ ਨੇ ਇੰਦਰਾ ਗਾਂਧੀ ਨੂੰ সুইਟੀ ਕਹਿ ਕੇ ਸੰਬੋਧਿਤ ਕੀਤਾ ਸੀ ਤਾਂ ਤੁਹਾਨੂੰ ਬਹੁਤ ਸਾਰੀਆਂ ਖਬਰਾਂ ਉਸ ਤੋਂ ਮਿਲਿਆ ਪੁਰਾਣੀਆਂ ਖਬਰਾਂ ਦੀਆਂ ਜਿਹੜੀਆਂ ਉਹ ਮਿਲ ਜਾਣਗੀਆਂ ਹੁਣ ਇੱਕ ਸਵਾਲ ਅਹਿਮ ਪੈਦਾ ਹੁੰਦਾ ਹੈ ਕਿ ਉਸ ਕਿਸੇ ਜਰਨਲ ਨੂੰ ਜਾਂ ਫੌਜੀ ਅਫਸਰ ਨੂੰ ਫੌਜ ਦਾ ਮੁਖੀ ਖਾਸ ਕਰਕੇ ਸਿੱਖ ਨੂੰ ਕਿਉਂ ਨਹੀਂ ਬਣਾਇਆ ਜਾਂਦਾ ਖਾਸ ਕਰਕੇ ਮੈਂ ਸਿੱਖ ਦੀ ਗੱਲ ਵੀ ਜੇ ਨਾ ਕਰਾਂ ਤਾਂ ਉਸ ਫੌਜੀ ਅਫਸਰ ਨੂੰ ਹੀ ਭਾਰਤੀ ਫੌਜ ਦਾ ਮੁਖੀ ਬਣਾਇਆ ਜਾਂਦਾ ਹੈ ਜਿਹੜਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਹਨਾਂ ਦੀ ਹਰ ਰਾਜਨੀਤਿਕ ਗੱਲ ਨੂੰ ਮੰਨਦਾ ਹੈ ਹੁਣ ਦੋ ਤਿੰਨ ਜੇਕਰ ਅਸੀਂ ਜਰਨਲ ਸ਼ਬੀਖ ਸਿੰਘ ਦੀ ਗੱਲ ਕਰਦੇ ਹਾਂ ਕਾ ਜਨਰਲ ਸ਼ਬੀਖ ਸਿੰਘ ਨੂੰ ਰਿਟਾਇਰ ਹੋਣ ਤੋਂ ਪਹਿਲਾਂ ਜਿਸ ਤਰ੍ਹਾਂ ਬੇਇਜ਼ਤ ਕਰਕੇ ਮਹਿਕਮੇ ਚੋਂ ਕੱਢਿਆ ਜਾਂਦਾ ਉਹਦਾ ਕਾਰਨ ਕੀ ਹੈ ਕਿ ਉਸ ਨੇ ਇੰਦਰਾ ਗਾਂਧੀ ਦੇ ਕਹਿਣ ਦੇ ਉੱਪਰ ਜੈ ਪ੍ਰਕਾਸ਼ ਨਾਰਾਇਣ ਨੂੰ ਗ੍ਰਿਫਤਾਰ ਨਹੀਂ ਕੀਤਾ ਉਸ ਤੋਂ ਅੱਗੇ ਜੇਕਰ ਆਜੀਏ ਤੇ ਆ 84 ਦੀਆਂ ਗੱਲਾਂ ਨੇ ਲੈਫਟਨੈਂਟ ਜਨਰਲ ਸਿਨਾ ਨੂੰ ਅਹੁਦੇ ਤੋਂ ਕਿਉਂ ਬਲੰਬੇ ਕੀਤਾ ਜਾਂਦਾ ਫੌਜਦਮਖੀ ਕਿਉਂ ਨਹੀਂ ਬਣਾਇਆ ਜਾਂਦਾ ਕਿਉਂਕਿ ਉਹਨਾਂ ਨੇ ਇੱਕ ਤਾਂ ਸੰਤ ਜਰਨਾਇਨ ਸਿੰਘ ਨੂੰ ਗ੍ਰਿਫਤਾਰ ਕਰਨ ਦੇ ਵਾਸਤੇ ਏਪੀਸੀ ਕੈਰੀਅਰ ਮੱਤੇ ਦੇਣ ਤੋਂ ਨਾ ਕਰ ਦਿੱਤੀ ਸੀ ਦੂਜਾ ਉਹਨਾਂ ਨੇ ਦਰਬਾਰ ਸਾਹਿਬ ਦੇ ਉੱਪਰ ਹਮਲਾ ਕਰਨ ਦੇ ਬਾਰੇ ਵੀ ਇਹ ਗੱਲ ਕਹੀ ਸੀ ਕਿ ਫੌਜ ਜਿਹੜੀ ਹੈ ਉਹ ਅੰਦਰੂਨੀ ਮਾਮਲਿਆਂ ਦੇ ਵਿੱਚ ਦਖਲ ਦੇਣ ਵਾਸਤੇ ਨਹੀਂ ਹੁੰਦੀ ਤੇ ਇੰਦਰਾ ਗਾਂਧੀ ਨੂੰ ਇਹ ਵੀ ਸ਼ੰਕਾ ਸੀ ਕਿ ਜੇਕਰ ਇਹ ਲਾਲ ਬਹਾਦਰ ਸ਼ਾਹਕਤਰੀ ਦੀ ਗੱਲ ਨਹੀਂ ਮੰਨਦਾ ਤਾਂ ਜਿਹੜਾ ਹਰਬਖਸ਼ ਸਿੰਘ ਹੈ ਇਹ ਗੱਲ ਮੇਰੀ ਵੀ ਨਹੀਂ ਮੰਨੇਗਾ ਭਾਵੇਂ ਮੇਰੀ ਰਾਜਨੀਤਿਕ ਦੱਖਣ ਰਾਜੀ ਜਿਹੜੀ ਹੈ ਫੌਜ ਦੇ ਵਿੱਚ ਉਹਨੂੰ ਨਹੀਂ ਚੱਲਣ ਦਵੇਗਾ ਕਿਉਂਕਿ 1964 ਦੇ ਵਿੱਚ ਜਦੋਂ ਪਾਕਿਸਤਾਨ ਵਾਲੇ ਪਾਸਿਓਂ ਕੁਸਪੈਟੀਆਂ ਆਏ ਤਾਂ ਉਸ ਵੇਲੇ ਜਿਹੜਾ ਦੇਸ਼ ਦਾ ਗ੍ਰਹਿ ਮੰਤਰੀ ਸੀ ਲਾਲ ਬਹਾਦਰ ਸ਼ਾਸਤਰੀ ਉਸ ਨੇ ਇਹਨਾਂ ਨੂੰ ਕਿਹਾ ਕਿ ਤੁਸੀਂ ਇਹਨਾਂ ਕੋਲ ਸੁਪੈਟੀਆਂ ਦੇ ਉੱਪਰ ਕਾਰਵਾਈ ਕਰੋ ਤੇ ਹਰਬਖਸ਼ ਸਿੰਘਾ ਨੇ ਬੜਾ ਸਿੱਧੇ ਰੂਪ ਦੇ ਵਿੱਚ ਇਹ ਜਵਾਬ ਦੇ ਦਿੱਤਾ ਸੀ ਕਿ ਕੁਸਪੈਟੀਆਂ ਦੇ ਉੱਪਰ ਜਾਂ ਜਿਹੜੇ ਅੰਦਰ ਵੜ ਜਾਂਦੇ ਨੇ ਉਹਨਾਂ ਦੇ ਉੱਪਰ ਕਹਿ ਸਕਦੇ ਹੋ ਕਾਬੂ ਪਾਉਣਾ ਕਾਰਵਾਈ ਕਰਨੀ ਇਹ ਪੁਲਿਸ ਦਾ ਕੰਮ ਆ ਅਨੁਸ਼ਾਸਨ ਕਾਇਮ ਕਰਨਾ ਪੁਲਿਸ ਦਾ ਕੰਮ ਹੈ ਅਸੀਂ ਤਾਂ ਸਰਹੱਦ ਦੇ ਉੱਪਰ ਸਖਤੀ ਕਰ ਸਕਦੇ ਹਾਂ ਦੇਸ਼ ਦੇ ਅੰਦਰੂਨੀ ਮਾਮਲਿਆਂ ਦੇ ਵਿੱਚ ਦਖਲ ਦੇਣਾ ਫੌਜ ਦਾ ਕੰਮ ਨਹੀਂ ਹੈ ਫੌਜ ਦਾ ਕੰਮ ਜਿਹੜਾ ਦੇਸ਼ ਦੀ ਸੁਰੱਖਿਆ ਕਰਨੀ ਹੈ ਬਾਉਂਡਰਾਂ ਦੇ ਉੱਪਰ ਰਹਿ ਕੇ ਇਹ ਸਾਰੇ ਵਰਤਾਰੇ 'ਚ ਹੁਣ ਤੁਸੀਂ ਵੇਖ ਸਕਦੇ ਹੋ ਕਿ ਜਨਰਲ ਹਰਬਕਸਿੰਗ ਨੂੰ ਫੌਜ ਦਾ ਮੁਖੀ ਕਿਉਂ ਨਹੀਂ ਬਣਾਇਆ ਗਿਆ ਸੋ ਪਹਿਲੀ ਗੱਲ ਤਾਂ ਹੈ ਦੂਸਰੀ ਗੱਲ ਉਹਨਾਂ ਨੇ ਜਿਹੜੀਆਂ ਆਪਣੀ ਇੰਟਰਵਿਊ ਦੇ ਵਿੱਚ ਸਾਂਝੀਆਂ ਕੀਤੀਆਂ ਉਹ ਗੱਲਾਂ ਬੜੀਆਂ ਅਹਿਮ ਨੇ ਉਹ ਗੱਲਾਂ ਅਹਿਮ ਇਸ ਕਰਕੇ ਨੇ ਕਿ ਅੱਛਾ ਉਸ ਤੋਂ ਬਾਅਦ ਉਹਨਾਂ ਨੂੰ ਫਿਰ ਦੇਸ਼ ਦਾ ਜਿਹੜਾ ਹੈਗਾ ਆਪਣਾ ਡਿਫੈਂਸ ਮਿਨਿਸਟਰ ਸਵਰਨ ਸਿੰਘ ਸਵਰਨ ਸਿੰਘ ਉਹਨਾਂ ਨੂੰ ਨੌਕਰੀ ਦੇ ਦੌਰਾਨ ਹੀ ਇਹ ਪੇਸ਼ਕਸ਼ ਕਰਦਾ ਹੈ ਕਿ ਜੇਕਰ ਤੁਹਾਨੂੰ ਫੌਜ ਦਾ ਮੁਖੀ ਨਹੀਂ ਬਣਾਇਆ ਗਿਆ ਤੇ ਜਿਹੜੀ ਜਿਹੜੀ ਹਿੰਦੁਸਤਾਨ ਦੇ ਵਿੱਚ ਇੱਕ ਬਹੁਤ ਵੱਡੀ ਕਹਿ ਸਕਦੇ ਹੋ ਕਿ ਸੰਸਥਾ ਜਾਂ ਇੱਕ ਇੱਕ ਵਿਭਾਗ ਬਣਾਇਆ ਗਿਆ ਵਾ ਹਿੰਦੁਸਤਾਨ 에ਰੋਨੌਟਿਕਸ ਲਿਮਟਿਡ ਤੁਹਾਨੂੰ ਉਹਦਾ ਚੇਅਰਮੈਨ ਲਗਾ ਦਿੱਤਾ ਜਾਂਦਾ ਹੈ ਤਾਂ ਇਸ ਅਹੁਦੇ ਨੂੰ ਸਰਦਾਰ ਨੇ ਜੁੱਤੀ ਦੀ ਨੋਕ ਦੇ ਨਾਲ ਛੁਟਕਰਾ ਦਿੱਤਾ ਕਿ ਜੇਕਰ ਪਹਿਲਾਂ ਤੁਸੀਂ ਵਾਅਦਾ ਫਰੋਸ਼ੀ ਕੀਤੀ ਹੈ ਕਿ ਇਹ ਕਹਿ ਕੇ ਕਿ ਹਰ ਬਕਸਿੰਗ ਨੂੰ ਫਾਇਦਾਮੁਖੀ ਬਣਾਇਆ ਜਾਵੇਗਾ ਤੇ ਨਹੀਂ ਬਣਾਇਆ ਤੇ ਹੁਣ ਮੈਂ ਕੋਈ ਅਹੁਦਾ ਪ੍ਰਵਾਨ ਨਹੀਂ ਕਰਦਾ ਉਸ ਤੋਂ ਬਾਅਦ ਗੱਲ ਕਰਦੇ ਹਾਂ ਜਿਹੜੀ ਉਹਨਾਂ ਨੇ ਸੰਤ ਸਿਪਾਹੀ ਮਾਸਿਕ ਪੱਤਰ ਨੂੰ ਆਪਣੀ ਇੱਕ ਇੰਟਰਵਿਊ ਦਿੱਤੀ ਉਸ ਇੰਟਰਵਿਊ ਦੇ ਵਿੱਚ ਉਹਨਾਂ ਨੇ ਬਹੁਤ ਸਾਰੇ ਸਵਾਲਾਂ ਦੇ ਜਵਾਬ ਬਹੁਤ ਵਧੀਆ ਰੂਪ ਚ ਦਿੱਤੇ ਨੇ ਪਹਿਲੀ ਗੱਲ ਤੇ ਉਹ ਕਹਿੰਦੇ ਨੇ ਕਿ ਜਿਹੜੀ ਫੌਜ ਹੈ ਉਹ ਦੇਸ਼ ਦੇ ਅੰਦਰ ਲੜਾਈ ਲੜਨ ਵਾਸਤੇ ਨਹੀਂ ਹੁੰਦੀ ਕਹਿੰਦੇ ਮੈਨੂੰ ਕਿਹਾ ਗਿਆ ਲਾਲ ਬਹਾਦਰ ਸ਼ਾਸਤਰੀ ਦੇ ਵੱਲੋਂ ਕਿ ਕੁਝ ਭੈਟੀਏ ਅੰਦਰ ਆਏ ਨੇ ਤੇ ਮੈਂ ਇਹਨਾਂ ਨੂੰ ਸਪਸ਼ਟ ਜਵਾਬ ਦੇ ਦਿੱਤਾ ਕਿ ਅਸੀਂ ਬਾਰਡਰ ਸੀਲ ਤੇ ਵਧੀਆ ਤਰੀਕੇ ਨਾਲ ਕਰ ਸਕਦੇ ਹਾਂ ਪਰ ਜਿਹੜਾ ਅੰਦਰ ਆ ਗਿਆ ਉਹਦੇ ਨਾਲ ਲੜਨਾ ਜਾਂ ਕਾਰਵਾਈ ਕਰਨੀ ਇਹ ਫੌਜ ਦਾ ਕੰਮ ਨਹੀਂ ਦੂਸਰੀ ਗੱਲ ਉਹ ਕਹਿੰਦੇ ਨੇ ਕਿ ਜਦੋਂ ਅਸੀਂ ਕਹਿੰਦੇ ਮੈਂ 20 ਸਾਲ ਸਿੱਖ ਰੈਜੀਮੈਂਟ ਦਾ ਕਹਿ ਸਕਦੇ ਇੱਕ ਆਫੀਸਰ ਰHEA ਤੇ ਕਹਿੰਦੇ ਮੈਂ ਸਿੱਖਾਂ ਦੇ ਸੁਭਾਅ ਨੂੰ ਬੜੀ ਚੰਗੀ ਤਰ੍ਹਾਂ ਜਾਣਦਾ ਕਿ ਸਿੱਖ ਜਿਹੜਾ ਉਹ ਧਰਮ ਦੇ ਨਾਮ ਦੇ ਉੱਪਰ ਲੜਦਾ ਹੈ ਸਰਹੱਦ ਦੇ ਉੱਪਰ ਵੀ ਕਹਿੰਦੇ ਲੜਾਉਣਾ ਹੁੰਦਾ ਤੇ ਅਸੀਂ ਗੁਰੂ ਪੰਥ ਦਾ ਗੁਰੂ ਗ੍ਰੰਥਾ ਤੇ ਗੁਰੂ ਗੋਬਿੰਦ ਸਿੰਘ ਦਾ ਨਾਮ ਲੈਨੇ ਆ ਤੇ ਕਹਿੰਦੇ ਸਿੱਖ ਰੈਜੀਮੈਂਟ ਦਾ ਤਾਂ ਜਿਹੜਾ ਕਹਿ ਸਕਦੇ ਹੋ ਕਿ ਨਿਸ਼ਾਨ ਹੀ ਚੱਕਰ ਔਰ ਖੰਡਾ ਹੈ ਸੋ ਕਹਿੰਦੇ ਕਿ ਸਿੱਖਾਂ ਦੇ ਵਿੱਚੋਂ ਧਰਮ ਨੂੰ ਤਾਂ ਵਾਕ ਹੀ ਨਹੀਂ ਕੀਤਾ ਜਾ ਸਕਦਾ ਤੇ ਜਦੋਂ ਅਸੀਂ ਰੈਜੀਮੈਂਟ ਵਿੱਚ ਇਹਨਾਂ ਨੂੰ ਲੈ ਕੇ ਆਉਨੇ ਆ ਤਾਂ ਇਹਨਾਂ ਨੂੰ ਧਰਮ ਦੀ ਸੌਂਖਵਾ ਕੇ ਕਹਿੰਦੇ ਆ ਕਿ ਤੁਸੀਂ ਦੇਸ਼ ਦੀ ਸੇਵਾ ਪ੍ਰਤੀ ਜਿਹੜਾ ਵਚਨਬੱਧ ਰਹਿਣਾ ਤੇ ਜੇ ਹਮਲਾ ਹੀ ਇਹਨਾਂ ਦੇ ਧਰਮ ਦੇ ਉੱਪਰ ਹੋਵੇਗਾ ਤੇ ਇਹ ਜਜ਼ਬਾਤੀ ਤੌਰ ਤੇ ਜ਼ਰੂਰ ਪੜ ਕਰੇਗੇ ਅਗਲੇ ਸਵਾਲ ਦੇ ਜਵਾਬ ਦੇ ਵਿੱਚ ਉਹ ਕਹਿੰਦੇ ਨੇ ਕਿ ਇਹ ਜਿਹੜੇ ਗ੍ਰਫਤਾਰ ਕੀਤੇ ਗਏ ਸਿੱਖ ਨੇ ਜਾਂ ਜਿਨ੍ਹਾਂ ਦਾ ਕੋਰਟ ਮਾਰਸ਼ਲ ਕਰਨ ਦੀ ਯਤਨ ਕੀਤਾ ਜਾ ਰਿਹਾ ਕਹਿੰਦੇ ਇਹਨਾਂ ਦੇ ਉੱਪਰ ਬਗਾਵਤ ਬਗਾਵਤ ਦਾ ਦੋਸ਼ ਬਣਦਾ ਹੀ ਨਹੀਂ ਥੋੜੀ ਬਹੁਤੀ ਸਜ਼ਾ ਦੇ ਕੇ ਕਿ ਇਹਨਾਂ ਨੇ ਹਥਿਆਰਬੰਦ ਬਗਾਵਤ ਕੀਤੀ ਪਰ ਇਹ ਬਗਾਵਤ ਵੀ ਐਵੇਂ ਦੀ ਹੈ ਜਿਹਦੇ ਵਿੱਚ ਫੌਜੀ ਬਗਾਵਤ ਹੋਵੇ ਤੇ ਫੌਜੀ ਹਥਿਆਰ ਲੈਣ ਤੋਂ ਬਾਅਦ ਵੀ ਹਮਲਾਵਰ ਨਾ ਹੋਣ ਜਾਂ ਸ਼ਹਿਰਾਂ ਦੇ ਵਿੱਚੋਂ ਦੀ ਲੰਘਦੇ ਨੇ ਕਿਸੇ ਆਮ ਨਾਗਰਿਕ ਦੇ ਉੱਪਰ ਕੋਈ ਗੋਲੀ ਨਾ ਚਲਾਉਣ ਤੇ ਜਦੋਂ ਪੁੱਛਿਆ ਗਿਆ ਕਿ ਹਥਿਆਰ ਉਹਨਾਂ ਨੇ ਕਿਉਂ ਲਏ ਨੇ ਤੇ ਉਹਨਾਂ ਨੇ ਕਿਹਾ ਕਿਉਂਕਿ ਸਾਨੂੰ ਯੂਨਿਟ ਦੇ ਵਿੱਚ ਇਹ ਖਬਰਾਂ ਪਹੁੰਚੀਆਂ ਸੀਗੀਆਂ ਕਿ ਇੰਦਰਾ ਗਾਂਧੀ ਦੇ ਹੁਕਮਾਂ ਦੇ ਉੱਪਰ ਫੌਜ ਨੇ ਪਿੰਡਾਂ ਦੇ ਵਿੱਚ ਆਮ ਸਿੱਖਾਂ ਨੂੰ ਕਤਲ ਕਰਨਾ ਸ਼ੁਰੂ ਕਰ ਦਿੱਤਾ ਤੇ ਅਸੀਂ ਹਥਿਆਰ ਲੈ ਕੇ ਆਪਣੇ ਸਿੱਖ ਭਰਾਵਾਂ ਨੂੰ ਬਚਾਉਣ ਨਿਕਲ ਪਏ। ਅਗਲੀ ਗੱਲ ਇੱਕ ਬਹੁਤ ਵੱਡਾ દોਸ਼ ਜਿਹੜਾ ਸੀਗਾ ਉਹ ਬਗਾਵਤ ਕਰਨ ਵਾਲੇ ਸਿੱਖ ਫੌਜੀਆਂ ਦੇ ਉੱਪਰ ਲੱਗਦਾ ਸੀ ਕਿ ਜਿਹੜਾ ਸਿੱਖ ਰੈਜੀਮੈਂਟਲ ਸੈਂਟਰ ਰਾਮਗੜ੍ਹ ਆ ਉਹਦੇ ਵਿੱਚ ਜਿਹੜਾ ਬਰਗੇਡੀਅਰ ਪੁਰੀ ਸੀ ਇੱਕ ਚੰਗਾ ਅਫੀਸਰ ਸੀ। ਪਰ ਉਹਦੇ ਬਾਰੇ ਵੀ ਜਨਰਲ ਬਕਸਿੰਗ ਨੇ ਆਪਣੀ ਇੰਟਰਵਿਊ ਦੇ ਵਿੱਚ ਬੜਾ ਸਪਸ਼ਟ ਕੀਤਾ ਹੈ ਕਿ ਸਿੱਖ ਫੌਜਾਂ ਦਾ ਉੱਥੇ ਕੋਈ ਜ਼ਿਆਦਾ ਕਸੂਰ ਨਹੀਂ ਸੀ ਫੌਜੀਆਂ ਦਾ। ਤੇ ਜਿਹੜਾ ਬਰਗੇਡੀਅਰ ਪੁਰੀਆ ਵਾਕਿਆ ਹੀ ਵਧੀਆ ਅਫਸਰ ਸੀ ਤੇ ਸਿੱਖ ਜਜ਼ਬਾਤਾ ਨੂੰ ਸਮਝਣ ਵਾਲਾ ਸੀ ਜੇ ਕਿਤੇ ਉਹ ਸਿੱਖ ਫੌਜੇ ਨੂੰ ਆ ਕੇ ਮਿਲ ਲੈਂਦਾ ਤੇ ਸ਼ਾਇਦ ਉਹਦੇ ਉੱਪਰ ਫਾਇਰਿੰਗ ਨਾ ਹੋਈ ਹੋਇਆ ਕਹਿੰਦੇ ਇੰਜ ਕਿ ਜਦੋਂ ਉਹ ਆਪਣੀ ਕਾਰ ਦੇ ਵਿੱਚ ਆਪਣੇ ਡਰਾਈਵਰ ਨਾਲ ਆ ਰਿਹਾ ਸੀ ਤੇ ਅੱਗੋਂ ਸਿੱਖ ਫੌਜੀ ਜਿਹੜਾ ਬਾਗੀ ਹੋ ਚੁੱਕਾ ਸੀ ਉਹਨੇ ਹਲਟ ਕਹਿ ਕੇ ਰੁਕ ਜਾਓ ਡਰਾਈਵਰ ਨੇ ਕਾਰ ਨਹੀਂ ਰੋਕੀ ਉਹ ਫੌਜੀ ਜਜ਼ਬਾਤੀ ਸੀਗਾ ਤੇ ਥੋੜਾ ਸੀਗਾ ਵੀ ਅਜ ਨਵਾਂ ਰਗਰੂਟ ਸੋ ਉਸ ਤੇ ਬ੍ਰੈਸਟ ਮਾਰ ਦਿੱਤਾ ਜਿਸ ਕਰਕੇ ਕਾਰ ਦੇ ਵਿੱਚ ਸਿੜੀ ਬਰਗੇਡੀਅਰ ਪੁਰੀ ਜਿਹੜੀ ਸੀ ਉਸ ਨੂੰ ਗੋਲੀਆਂ ਲੱਗੀਆਂ ਉਹ ਕਹਿੰਦਾ ਕਿ ਬਰਗੇਡੀਅਰ ਪੁਰੀ ਜੇਕਰ ਬਾਅਦ ਨਿਕਲ ਕੇ ਸਿੱਖ ਫੌਜੀਆਂ ਨੂੰ ਮਿਲਦਾ ਤਾਂ ਇਹ ਕੁਝ ਕਦੀ ਵੀ ਨਾ ਹੁੰਦਾ ਕਿਉਂਕਿ ਸਿੱਖ ਫੌਜੀ ਵੀ ਬਤੌਰ ਇੱਕ ਚੰਗਾ ਆਫੀਸਰ ਉਹਦੀ ਇੱਜ਼ਤ ਕਰਦੇ ਸੀ ਇਹ ਗੱਲ ਸਰਦਾਰ ਹਰਬਖਸ਼ ਸਿੰਘ ਨੇ ਆਪਣੇ ਇੰਟਰਵਿਊ ਦੇ ਵਿੱਚ ਲਈ ਦੂਜੀ ਗੱਲ ਕਹਿੰਦੇ ਕਿ ਸਿੱਖ ਫੌਜੀਆਂ ਨੂੰ ਬਕਾਇਦਾ ਤੌਰ ਤੇ ਤਸ਼ੱਦਦ ਕਰਕੇ ਇਹ ਮਨਾਉਣ ਦਾ ਯਤਨ ਕੀਤਾ ਜਾ ਰਿਹਾ ਹੈ ਬਿਲਕੁਲ ਜੋ ਬਿਲਕੁਲ ਗਲਤ ਹੈ ਇਹ ਮਨਾਉਣ ਦਾ ਯਤਨ ਕੀਤਾ ਜਾ ਰਿਹਾ ਹੈ ਕਿ ਅਸੀਂ ਆਪਣੇ ਕੁਝ ਅਫਸਰਾਂ ਦੇ ਕਹਿਣ ਦੇ ਉੱਪਰ ਬਗਾਵਤ ਕੀਤੀ ਤੇ ਉਹਨਾਂ ਬਗਾਵਤ ਦੇ ਪਿੱਛੇ ਕੁਝ ਸਾਜ਼ਿਸ਼ ਹੋ ਸਕਦੀ ਹੈ ਉਹ ਕਹਿੰਦੇ ਇਹ ਗੱਲ ਬਿਲਕੁਲ ਗਲਤ ਹੈ ਇਹ ਇੱਕ ਸਿਰਫ ਤੇ ਸਿਰਫ ਜਿਹੜੀ ਬਗਾਵਤ ਹੈ ਸਿੱਖ ਜਜ਼ਬਾਤਾਂ ਦੇ ਵਿੱਚੋਂ ਪੈਦਾ ਹੋਈ ਸੀ ਇਹ ਕਿਸੇ ਦੀ ਕੋਈ ਸਾਜ਼ਿਸ਼ ਨਹੀਂ ਸੀ ਤੇ ਨਾ ਕਿਸੇ ਅਫਸਰ ਨੇ ਭੜਕਾਇਆ ਸੀ ਅਗਲੀ ਗੱਲ ਇੱਕ ਹੋਰ ਆਮ ਕਰਦੇ ਨੇ ਕਿ ਜੇਕਰ ਇਨਾਂ ਸਿੱਖ ਫੌਜੀਆਂ ਨੂੰ ਇਸ ਕਰਕੇ ਸਜ਼ਾ ਦਿੱਤੀ ਜਾਂਦੀ ਹੈ ਕਿ ਇਹ ਜਿਹੜੇ ਨੇ ਇਹ ਯੂਨਿਟਾਂ ਦੇ ਵਿੱਚੋਂ ਜਾਂ ਫੌਜੀ ਹੈੱਡਕੁਆਰਟਰਾਂ ਦੇ ਵਿੱਚੋਂ ਬਿਨਾਂ ਦੱਸਿਆ ਬਿਨਾਂ ਕਿਸੇ ਇਨਫੋਰਮੇਸ਼ਨ ਦੇ ਛੱਡ ਕੇ ਭੱਜਣ ਦਾ ਯਤਨ ਕੀਤਾ ਤੇ ਕਹਿੰਦੇ ਉਹਨਾਂ ਨੂੰ ਸਜ਼ਾ ਕਿਉਂ ਨਹੀਂ ਦਿੱਤੀ ਗਈ ਜਿਹੜੇ ਮੈਦਾਨੇ ਜੰਗ ਦੇ ਵਿਚੋਂ ਹੀ ਛੱਡ ਕੇ ਭੱਜ ਗਏ ਉਸ ਇੰਟਰਵਿਊ ਦੇ ਵਿੱਚ ਬਕਾਇਦਾ ਫਿਰ ਉਹਨਾਂ ਨੇ ਉਸ ਵੇਲੇ 15 ਇਨਫੈਂਟਰੀ ਡਿਵੀਜ਼ਨ ਦੇ ਜਿਹੜਾ ਉਸ ਵੇਲੇ ਦਾ ਮੇਜਰ ਜਨਰਲ ਸੀਗਾ ਨਰਿੰਦਰ ਪ੍ਰਸਾਦ ਉਹਦਾ ਨਾਮ ਲੈ ਕੇ ਗੱਲ ਕੀਤੀ ਹੈ ਕਿ 1965 ਦੀ ਜੰਗ ਦੇ ਵਿੱਚ ਤਾਂ ਇਹ ਜਿਹੜੀ ਹੈਗੀ ਐ ਇਨਫੈਂਟਰੀ ਬਟਾਲੀਅਨ ਦੇ ਜਿਹੜੇ ਜਵਾਨ ਸੀਗੇ ਇਹ ਤਾਂ ਹਥਿਆਰ ਛੱਡ ਕੇ ਫਰੰਟ ਦੇ ਵਿੱਚੋਂ ਬਿਲਕੁਲ ਮੈਦਾਨੇ ਜੰਗ ਦੇ ਵਿੱਚੋਂ ਸਰਹੱਦ ਦੇ ਉੱਪਰ ਦੁਸ਼ਮਣ ਦੇ ਕੋਲ ਹਥਿਆਰ ਛੱਡ ਕੇ ਤੇ ਭੱਜ ਗਏ ਸੀਗੇ ਤੇ ਫੌਜੀ ਕਾਨੂੰਨਾਂ ਦੇ ਮੁਤਾਬਿਕ ਤਾਂ ਇਨਾਂ ਦੀ ਫਿਰ ਸਜ਼ਾ ਮੌਤ ਬਣਦੀ ਸੀ ਪਰ ਇਹਨਾਂ ਨੂੰ ਤੇ ਕੇਵਲ ਤੇ ਕੇਵਲ ਪੈਨਸ਼ਨ ਦੇ ਕੇ ਪਹਿਲਾਂ ਘਰ ਤੋਰ ਦਿੱਤਾ ਗਿਆ ਸੋ ਇਸ ਤਰ੍ਹਾਂ ਦੇ ਬਹੁਤ ਸਾਰੇ ਮੁੱਦੇ ਨੇ ਜਿਹੜੇ ਸਰਦਾਰ ਹਰ ਬਕਸਿੰਗਣਾ ਨੇ ਉਸ ਇੰਟਰਵਿਊ ਦੇ ਵਿੱਚ ਉਠਾਏ ਹੋਏ ਨੇ ਕਿ ਕਿਸ ਤਰ੍ਹਾਂ ਦੇ ਨਾਲ ਜਿਹੜਾ ਉਹਨਾਂ ਨੇ ਕਿਹਾ ਕਿ ਫੌਜੀਆ ਦੇ ਨਾਲ ਇਸ ਦੇਸ਼ ਦੇ ਵਿੱਚ ਸਿੱਖ ਫੌਜੀ ਤੇ ਦੂਜੇ ਫੌਜੀਆਂ ਦੇ ਨਾਲ ਇਸ ਕੇਸ ਦੇ ਦੌਰਾਨ ਇਸ ਕੋਰਟ ਮਾਰਸ਼ਲ ਦੇ ਦੌਰਾਨ ਕਾਨੂੰਨ ਦੇ ਬਾਰੇ ਜਿਹੜੇ ਦੋਹਰੇ ਮਾਪਦੰਡ ਨੇ ਉਹ ਅਪਣਾਏ ਜਾ ਰਹੇ ਨੇ ਇਹ ਗੱਲ ਉਹਨਾਂ ਨੇ ਕੀਤੀ ਫਿਰ ਅਗਲੀ ਗੱਲ ਉਹਨਾਂ ਨੇ ਬੜੀ ਅਹਿਮ ਦੱਸੀ ਉਹ ਇਹ ਕਹਿੰਦੇ ਕਿ ਮੈਂ ਰਣਜੀਤ ਧਿਆਲ ਨੂੰ ਕਿਹਾ ਰਣਜੀਤ ਧਿਆਲ ਉਹੀ ਹੈ ਜਿਸ ਨੂੰ 1984 ਦੀ ਸਾਰੀ ਕਾਰਵਾਈ ਦੇ ਦੌਰਾਨ ਜਿਹੜਾ ਗਵਰਨਰ ਦਾ ਸਲਾਹਕਾਰ ਨਿਯੁਕਤ ਕੀਤਾ ਗਿਆ ਸੀ ਤੇ ਪੱਛਮੀ ਕਮਾਂਡ ਦਾ ਮੁਖੀ ਸੀ ਜਿਸ ਦੇ ਅਧੀਨ ਸਭ ਕੁਝ ਹੋ ਰਿਹਾ ਸੀ ਕਹਿੰਦੇ ਮੈਂ ਰਣਜੀਤ ਧਿਆਲ ਨੂੰ ਕਿਹਾ ਕਿ ਤੈਨੂੰ ਦਰਬਾਰ ਸਾਹਿਬ ਦੇ ਉੱਪਰ ਹਮਲਾ ਨਹੀਂ ਸੀ ਕਰਨਾ ਚਾਹੀਦਾ ਤੇ ਰਣਜੀਤ ਧਿਆਲ ਕਹਿੰਦਾ ਕਿ ਹੁਕਮ ਸੀ ਤੇ ਕਹਿੰਦੇ ਮੈਂ ਉਹਨੂੰ ਕਿਹਾ ਕਿ ਜਿਸ ਹੁਕਮ ਦੇ ਨਾਲ ਦੇਸ਼ ਤੇ ਕੌਮ ਖਤਰੇ ਚ ਪੈਂਦੀ ਹੋਵੇ ਉਸ ਹੁਕਮ ਦੀ ਹੁਕਮ ਅਦੂਲੀ ਕਰ ਦੇਣਾ ਚਾਹੀਦਾ ਕਹਿੰਦੇ ਮੈਂ ਕੀਤੀ ਹੈ ਮੈਂ ਦੋ ਵਾਰੀ ਕੀਤੀ ਹੈ ਮੈਨੂੰ ਦੇਸ਼ ਦੇ ਗ੍ਰਹਿ ਮੰਤਰੀ ਨੇ ਕਿਹਾ ਕਿ ਤੁਸੀਂ ਕੁਝ ਬੈਠੀਆਂ ਨੂੰ ਕਤਲ ਕਰੋ ਮੈਂ ਹੁਕਮ ਅਦੂਲੀ ਕੀਤੀ ਮੈਨੂੰ ਕਿਹਾ ਗਿਆ ਅਖਨੂਰ ਸੈਕਟਰ ਦੇ ਉੱਪਰ ਹਮਲਾ ਕਰੋ ਮੈਂ ਹੁਕਮ ਅਦੂਲੀ ਕੀਤੀ ਮੈਂ ਕਿਹਾ ਨਹੀਂ ਲਾਹੌਰ ਵਾਲੇ ਪਾਸੇ ਹਮਲਾ ਕਰਾਂਗੇ ਮੈਨੂੰ ਫੌਜ ਦੇ ਮੁਖੀ ਨੇ ਕਿਹਾ ਕਿ ਤੁਸੀਂ ਇਹ ਵਾਲਾ ਬਾਰਡਰ ਜਿਹੜਾ ਇਸ ਬਾਰਡਰ ਦੇ ਉੱਪਰ ਆਪਣੀਆਂ ਫੌਜਾਂ ਨੂੰ ਪਿੱਛੇ ਲੈ ਕੇ ਸੈਕੰਡ ਡਿਫੈਂਸ ਲਾਈਨ ਵਿਆਸ ਦੇ ਉੱਪਰ ਆ ਕੇ ਕਾਬਜ਼ ਹੋ ਕੇ ਇੱਥੇ ਮੋਰਚਾ ਬੰਦੀ ਕਰਕੇ ਜੰਗ ਲੜੋ ਮੈਂ ਉਦੋਂ ਵੀ ਹੁਕਮ ਅਦੂਲੀ ਕੀਤੀ ਕਹਿੰਦੇ ਕਿ ਜੇਸ ਹੁਕਮ ਦੇ ਨਾਲ ਦੇਸ਼ ਦਾ ਕੌਮੀਅਤ ਦਾ ਨੁਕਸਾਨ ਹੁੰਦਾ ਹੋਵੇ ਉਹ ਹੁਕਮ ਅਦੂਲੀ ਕਰਨ ਦੇ ਵਿੱਚ ਕੋਈ ਗੁਨਾਹ ਨਹੀਂ ਹੁੰਦਾ ਅੱਲੀ ਗੱਲ 1984 ਦਿੱਲੀ ਦੀ ਸਿੱਖ ਨਸਲ ਕੁਸ਼ੀ ਇਸ ਨਸਲ ਪੁਚੀ ਦੇ ਦੌਰਾਨ ਉਹਨਾਂ ਦੇ ਘਰ ਨੂੰ ਵੀ ਕੁਝ ਗੁੰਡਿਆਂ ਨੇ ਘੇਰਨ ਦੀ ਕੋਸ਼ਿਸ਼ ਕੀਤੀ ਤੇ ਉਹ ਕਹਿੰਦੇ ਨੇ ਕਿ ਮੇਰੇ ਕੋਲ ਇੱਕ ਕਾਰਬਾਈਨ ਸੀ ਤੇ ਦੋ ਮੇਰੇ ਕੋਲ ਰਾਈਫਲਾਂ ਸੀ ਤੇ ਮੈਂ ਇੱਕ ਆਪਣੀ ਬੇਟੀ ਹਰਮਾਲਾ ਕੌਰ ਤੇ ਇੱਕ ਆਪਣੀ ਘਰਵਾਲੀ ਨੂੰ ਫੜਾ ਦਿੱਤੀ ਤੇ ਆਪਣੇ ਹੱਥ ਦੇ ਵਿੱਚ ਫਿਰ ਮੈਂ ਕਾਰਬਾਈਨ ਫੜ ਲਈ ਤੇ ਫਿਰ ਮੇਰੇ ਘਰ ਵੱਲ ਕਿਸੇ ਨੂੰ ਅੱਖ ਚੁੱਕ ਕੇ ਵੇਖਣ ਦਾ ਜਿਹੜਾ ਸੀ ਉਹ ਹੌਸਲਾ ਜਾਂ ਹਿੰਮਤ ਨਾ ਪਈ ਸੋ ਸਰਦਾਰ ਹਰਬਖਸ਼ ਸਿੰਘ ਜਨ ਸਰਦਾਰ ਹਰਬਖਸ਼ ਸਿੰਘ ਦੀ ਗੱਲ ਕਰੀਏ ਅਸੀਂ ਜਨਰਲ ਸ਼ਬੀਕ ਸਿੰਘ ਹੁਣਾਂ ਦੀ ਗੱਲ ਕਰੀਏ ਜਨਰਲ ਵਿਕਰਮ ਸਿੰਘ ਹੁਣਾਂ ਦੀ ਗੱਲ ਕਰੀਏ ਮੈਨੂੰ ਲੱਗਦਾ ਹੈ ਕਿ ਇਹਨਾਂ ਸਿੱਖ ਜਰਨੈਲਾਂ ਦੀਆਂ ਜੀਵਨੀਆਂ ਪੜ੍ਹਨੀਆਂ ਬਹੁਤ ਜ਼ਰੂਰੀ ਨੇ ਮੈਂ ਪਹਿਲੇ ਲੈਕਚਰ ਦੇ ਵਿੱਚ ਵੀ ਚਾਰ ਕਿਤਾਬਾਂ ਦੇ ਨਾਂ ਦੁਹਰਾਏ ਸੀ ਹੁਣ ਫਿਰ ਉਹਨਾਂ ਚਾਰ ਕਿਤਾਬਾਂ ਦੇ ਨਾਂ ਤੁਹਾਨੂੰ ਦੱਸ ਦਿੰਨਾ ਹੈ ਕਿ ਇੱਕ ਤੇ ਦੋ ਉਹਨਾਂ ਦੀਆਂ ਆਪਣੀਆਂ ਲਿਖੀਆਂ ਕਿਤਾਬਾਂ ਇੱਕ ਵਾਰ ਡਿਸਪੈਚਸ ਸਰਦਾਰ ਹਰਬਖਸ਼ ਸਿੰਘ ਉਹਨਾਂ ਦੀ ਦੂਸਰੀ ਇਹਦਾ ਲਾਈਨ ਆਫ ਡਿਊਟੀ ਇਹਨਾਂ ਦੋਵਾਂ ਦੇ ਲੇਖਕ ਉਹ ਆਪ ਨੇ ਇੱਕ ਕਿਤਾਬ ਹੈ ਲੈਸਟ ਵੀ ਫੋਰਗੇਟ ਕੈਪਟਨ ਅਮਰਿੰਦਰ ਸਿੰਘ ਜੀ ਦੀ ਲਿਖੀ ਹੋਈ ਤੇ ਚੌਥੀ ਕਿਤਾਬ ਹੈ ਬਰਗੇਡੀਅਰ ਕੁਲਦੀਪ ਸਿੰਘ ਕਾਲੋਂ ਦੀ ਸਰਦਾਰ ਹਰਬਖਸ਼ ਸਿੰਘ ਦੇ ਜੀਵਨ ਦੇ ਉੱਪਰ ਸੋ ਇਨ੍ਹਾਂ ਕਿਤਾਬਾਂ ਨੂੰ ਪੜ੍ਹ ਕੇ ਅਸੀਂ ਇਹ ਸਮਝਾਂਗੇ ਕਿ ਜਿਹੜੇ ਸਿੱਖ ਜਰਨਲ ਨੇ ਉਹਨਾਂ ਨੇ ਕਿੱਲੇ ਕਿਹੜੇ ਸਮਿਆਂ ਦੇ ਵਿੱਚ ਕਿਵੇਂ ਦੇ ਫੈਸਲੇ ਜਿਹੜੇ ਸੀ ਉਹ ਲੈ ਸੋ ਇਨ ਬੇਨਤੀਆਂ ਪ੍ਰਵਾਨ ਪੱਤੇ ਦੀ ਸਾਹ ਪਿਆਰ ਸਹਿਤ ਆਖਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ